ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ। ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਿਓ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਸੋਫਟਵੇਅਰ ਦੇ ਬਾਰੇ ਦੱਸ ਰਹੀ ਹਾਂ। ਅਗਰ ਤੁਹਾਡੇ ਕੋਲ ਲੈਪੀ ਹੈਗਾ ਜਾਂ ਲੈਪਟਾਪ ਹੈਗਾ ਆ, ਦੈਨ ਤੁਸੀਂ ਵਰਕ ਉਹਦੇ ਉੱਪਰ ਕਰ ਸਕਦੇ ਹੋ, ਤੁਸੀਂ ਵੀਡੀਓਸ ਬਣਾ ਸਕਦੇ ਹੋ, ਤੁਸੀਂ ਵੋਇਸ ਓਵਰ ਕਰ ਸਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਯੂਟਿਊਬ ਦੇ ਉੱਪਰ ਕੰਮ ਕਰਨਾ, ਸੋਸ਼ਲ ਮੀਡੀਆ ਦੇ ਉੱਪਰ ਕਰਨਾ, ਬਹੁਤ ਘੱਟ ਲੋਕ ਨੇ ਜਿਹੜੇ ਸਾਨੂੰ ਦੱਸਦੇ ਨੇ। ਮੈਂ ਵੀ ਬਹੁਤ ਟਾਈਮ ਦੀ ਸਟਰਗਲ ਕਰ ਰਹੀ ਸੀਗੀ ਕਿ ਮੈਨੂੰ ਇੱਦਾਂ ਦਾ ਕੋਈ ਸੋਫਟਵੇਅਰ ਮਿਲੇ ਜਿਹਦੇ ਵਿੱਚ ਮੈਂ ਬਿਨਾਂ ਫੇਸ ਦਿਖਾਏ ਕੰਮ ਕਰਾਂ। ਪਹਿਲਾਂ ਮੈਂ ਤੁਹਾਨੂੰ ਹੁਣ ਸੋਫਟਵੇਅਰ ਦੱਸਦੀ ਹਾਂ, ਫਿਰ ਆਪਾਂ ਈਵਨਿੰਗ ਵਾਕ 'ਤੇ ਚੱਲਾਂਗੇ। ਸ਼ਾਮ ਨੂੰ ਘੁੰਮਣ ਜਾਣਾ ਆ, ਲਾਈਕ ਗੇੜਾ ਕੱਢਣ ਜਾਣਾ ਆ, ਕਿਉਂਕਿ ਸਵੇਰ ਦੀ ਘਰ ਬੈਠੀ ਸੀ ਅਤੇ ਮੈਂ ਸੋਚਿਆ ਕਿ ਸ਼ਾਮ ਨੂੰ ਆਪਾਂ ਵਾਕ ਕਰਨ ਚੱਲਦੇ ਹਾਂ। ਪਹਿਲਾਂ ਮੈਂ ਤੁਹਾਨੂੰ ਸੋਫਟਵੇਅਰ ਦੱਸ ਦਿੰਦੀ ਹਾਂ। ਸੋਫਟਵੇਅਰ ਜਿਹੜਾ ਹੈਗਾ ਆ, ਮੈਂ ਲੈਪੀ ਦੀ ਸਕਰੀਨ 'ਤੇ ਲੈ ਕੇ ਚੱਲਦੀ ਹਾਂ, ਉੱਥੇ ਤੁਹਾਨੂੰ ਦਿਖਾਉਣੀ ਆ। ਜਿਹੜਾ ਇਹ ਵਾਲਾ ਸੋਫਟਵੇਅਰ ਹੈ, ਇਹ ਆਡਾਸਿਟੀ ਸੋਫਟਵੇਅਰ ਆ, ਲਿਖਿਆ ਹੋਇਆ ਆ ਆਡਾਸਿਟੀ ਸੋਫਟਵੇਅਰ। ਇਹਦੇ ਵਿੱਚ ਤੁਸੀਂ ਵੋਇਸ ਓਵਰ ਕਰ ਸਕਦੇ ਹੋ, ਬਹੁਤ ਸਿੰਪਲ ਹੈ। ਇਹਦੇ ਵਿੱਚ ਅਸੀਂ ਆਪਣੀ ਵੋਇਸ ਨੂੰ ਵੀ ਚੇਂਜ ਕਰ ਸਕਦੇ ਹਾਂ। ਅਗਰ ਆਪਣੀ ਵੋਇਸ ਦੇ ਵਿੱਚ ਬਹੁਤ ਐਨਰਜੀ ਲੈ ਕੇ ਆਉਣੀ, ਉਹ ਵੀ ਲੈ ਕੇ ਆ ਸਕਦੇ ਹਾਂ। ਕਿਵੇਂ ਅਸੀਂ ਸਟਾਰਟ ਕਰਨਾ, ਕਿਵੇਂ ਸਟੋਪ ਕਰਨਾ, ਕਿਵੇਂ ਕਿਵੇਂ ਇਹਦੇ ਵਿੱਚ ਇਫੈਕਟ ਲਗਾਉਣੇ ਨੇ, ਇੱਥੋਂ ਸਾਰੇ ਇਫੈਕਟ ਲੱਗਦੇ ਨੇ। ਇਫੈਕਟ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ। ਅਸੀਂ ਨੋਇਸ ਕੈਂਸਲੇਸ਼ਨ ਵੀ ਕਰ ਸਕਦੇ ਹਾਂ, ਲਾਈਕ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇਹਦੇ ਵਿੱਚ ਕਰ ਸਕਦੇ ਹਾਂ। ਜਿਹੜਾ ਇਹ ਵਾਲਾ ਸੋਫਟਵੇਅਰ ਆ, ਇਸ ਸੋਫਟਵੇਅਰ ਦਾ ਬਹੁਤ ਬੈਨੀਫਿਟ ਆ। ਅਸੀਂ ਆਪਣਾ ਬਿਨਾਂ ਫੇਸ ਦਿਖਾਏ ਦਾ ਕੰਮ ਕਰ ਹੀ ਸਕਦੇ ਹਾਂ। ਜਿੱਦਾਂ ਦਾ ਵੀ ਅਸੀਂ ਕੰਟੈਂਟ ਮਰਜ਼ੀ ਬਣਾਉਣਾ ਚਾਹੀਏ, ਅਸੀਂ ਮੋਟੀਵੇਸ਼ਨਲ ਬਣਾਉਣਾ ਚਾਹੀਏ, ਐਵੇਂ ਦੇ ਸਿੰਪਲ ਅਸੀਂ ਵੀਡੀਓਸ ਬਣਾਉਣਾ ਚਾਹੀਏ, ਅਸੀਂ ਉਹ ਵੀ ਬਣਾ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਨਾ ਸਾਨੂੰ ਥੋੜ੍ਹੇ ਜਿਹੇ ਅੱਧਾ ਕੁ ਘੰਟਾ ਲਗਾਉਣਾ ਪਊਗਾ, ਸਿੱਖਣਾ ਪਊਗਾ, ਦੈਨ ਉਹ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਹਦੇ ਉੱਪਰ ਵਰਕ ਕਰ ਸਕਦੇ ਹੋ। ਮੈਂ ਸਿਰਫ ਆਈ ਥਿੰਕ 10-15 ਮਿੰਟ ਦੇ ਵਿੱਚ ਸਿੱਖ ਲਿਆ ਸੀਗਾ, ਸਿਰਫ ਵੋਇਸ ਰਿਕਾਰਡਿੰਗ ਕਰਕੇ, ਉਹ ਤੋਂ ਬਾਅਦ ਕਿੱਦਾਂ ਇਫੈਕਟ ਲਗਾਉਣੇ ਨੇ ਉਹ ਸਾਰਾ ਕੁਛ ਸਿੱਖਿਆ ਸੀਗਾ। ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਹੈਗੇ, ਆਪਾਂ ਬਾਹਰ ਚੱਲਦੇ ਹਾਂ, ਬਾਹਰ ਜਾ ਕੇ ਵੈਦਰ ਦੇਖਦੇ ਹਾਂ ਕਿ ਵੈਦਰ ਕਿੱਦਾਂ ਦਾ ਆ, ਅਤੇ ਆਪਾਂ ਦੇਖਾਂਗੇ, ਪਾਰਕ ਵਗੈਰਾ ਘੁੰਮਾਂਗੇ ਕਿ ਲੋਕ ਉੱਥੇ ਵੈਸੇ ਪਾਰਕਾਂ ਦੇ ਵਿੱਚ ਆਉਣ ਲੱਗ ਗਿਆ। ਸੋ ਆਪਾਂ ਚੱਲਦੇ ਹਾਂ। ਸੋ ਜਿਹੜਾ ਬਾਹਰ ਵੈਦਰ ਆ ਨਾ, ਇੱਦਾਂ ਦਾ ਵੈਦਰ ਆ, ਧੁੱਪ ਧੁੱਪ ਵੀ ਆ, ਠੰਡ ਵੀ ਬਹੁਤ ਲੱਗ ਰਹੀ ਆ, ਲਾਈਕ ਬੈਕ 'ਤੇ ਸੂਰਜ ਆ, ਆਹ ਵਾਲਾ ਵੈਦਰ ਆ। ਬਹੁਤ ਦਿਨਾਂ ਬਾਅਦ ਸੂਰਜ ਦੇਖਿਆ ਆ, ਅੱਖਾਂ ਦੇ ਵਿੱਚ ਪੈਂਦਾ ਆ। ਬਹੁਤ ਥੋੜ੍ਹੀ ਦੂਰ ਜਾ ਕੇ ਬੱਚੇ ਖੇਡਦੇ ਪਏ ਨੇ, ਹਵਾ ਬਹੁਤ ਆਉਂਦੀ ਆ। ਬਾਹਰ ਨਾ ਥੋੜ੍ਹੀ ਥੋੜ੍ਹੀ ਹਵਾ ਚੱਲਦੀ ਹੈ, ਥੋੜ੍ਹੀ ਥੋੜ੍ਹੀ ਨਹੀਂ ਬਹੁਤ ਜ਼ਿਆਦਾ ਹਵਾ ਚੱਲਦੀ ਹੈ, ਬਹੁਤ ਕੰਨਾਂ ਦੇ ਵਿੱਚ ਵੱਜ ਰਹੀ ਆ, ਕਿੰਨਾ ਜ਼ਿਆਦਾ ਹੋ ਜਾਂਦਾ। ਉੱਪਰ ਦੀ ਧੁੱਪ ਅੱਜ ਬਹੁਤ ਦਿਨਾਂ ਬਾਅਦ ਨਿਕਲੀ ਆ। ਪਹਿਲਾਂ ਮੇਰਾ ਇਰਾਦਾ ਸੀਗਾ ਮੈਂ ਥੋੜ੍ਹਾ ਲੇਟ ਆਊਂਗੀ ਗੇੜਾ ਕੱਢਣ, ਬਟ ਫਿਰ ਮੈਨੂੰ ਲੱਗਿਆ ਕਿ ਨਹੀਂ, ਥੋੜ੍ਹੀ ਜਿਹੀ ਧੁੱਪ ਬਾਹਰ ਚੱਲਦੇ, ਧੁੱਪ ਸੇਕਦੇ ਹਾਂ, ਥੋੜ੍ਹੇ ਜਿਹੇ ਬੈਠ ਕੇ ਆਵਾਂਗੇ ਪਾਰਕ ਦੇ ਵਿੱਚ। ਵਿਟਾਮਿਨ ਈ ਮਿਲੂਗਾ ਕਿ ਡੀ ਮਿਲੂਗਾ, ਆਈ ਡੋਂਟ ਨੋ, ਡੀ ਮਿਲਦਾ ਮੈਨੂੰ ਤਾਂ, ਉਹ ਮਿਲੂਗਾ। ਅਤੇ ਆਪਾਂ ਮੈਂ ਚੱਲਦੇ ਹਾਂ ਅਤੇ ਜਾ ਕੇ ਅੱਗੇ ਦੇਖਦੇ ਹਾਂ। ਜਿਵੇਂ ਇੰਡੀਆ ਦੇ ਵਿੱਚ ਨਾ ਇੱਕਦਮ ਗਰਮੀ ਪੈਣ ਲੱਗ ਗਈ, ਸਾਡੇ ਵੀ ਇੱਦਾਂ ਹੋਇਆ, ਗਰਮੀ ਅਤੇ ਠੰਡ ਇੱਦਾਂ ਹੋਈ ਹੋਈ ਆ, ਨਾ ਲੱਗਦਾ ਆ ਗਰਮੀ ਆ, ਨਾ ਲੱਗਦਾ ਆ ਠੰਡ ਆ। ਹੁਣ ਅੱਜ ਜਿਹੜੀ ਹਵਾ ਚੱਲਦੀ ਆ, ਨਿੱਘੀ ਨਿੱਘੀ ਜਿਹੀ ਹਵਾ ਆ, ਠੰਡੀ ਗਰਮ ਦੀ, ਇਹ ਹੀ ਬਿਮਾਰ ਕਰ ਦਿੰਦੀ ਆ ਫਿਰ, ਜਿਹਦੇ ਨਾਲ ਫਿਰ ਬੰਦਾ ਬਿਮਾਰ ਹੀ ਹੁੰਦਾ, ਘਰੇ ਰਹਿੰਦਾ, ਕੰਮ 'ਤੇ ਨਹੀਂ ਜਾ ਸਕਦਾ ਹੁਣ ਤਾਂ। ਕਿੰਨਾ ਕਲੀਨ ਵੀ ਆ ਗਿਆ ਅਤੇ ਕਿੰਨਾ ਵਧੀਆ ਘਰ ਲੱਗਦੇ ਨੇ, ਤਾਂ ਇਹਦੇ 'ਤੇ ਰਹਿਣਾ ਜੀ ਕਰਦਾ ਆ ਕਿ ਕਨੇਡਾ ਦੇ ਵਿੱਚ ਅਸੀਂ ਰਹੀਏ। ਈਵਨ ਬਾਹਰਲੀਆਂ ਕੰਟਰੀਜ਼ ਇੱਦਾਂ ਦੀਆਂ ਹੀ ਹੁੰਦੀਆਂ ਨੇ। ਉਹ ਕਿਸੇ ਨੇ ਕੌਣ ਰੱਖਿਆ ਹੋਇਆ ਹੁਣ ਇਹਦੇ ਦੰਦੇ ਸਾਹਮਣੇ। ਆਹ ਮੇਲ ਬਾਕਸ ਅੰਦਰ ਹੈ, ਇੱਥੇ ਮੇਲਾਂ ਆਉਂਦੀਆਂ ਨੇ, ਆਹ ਗਾਰਬੇਜ ਰੱਖਿਆ ਹੋਇਆ ਹੈ,
बट फिर भी गर्मी से थले भी है। और जवाक बड़े ने आपस से सलाह बना रहे ने कुछ खाने की। अच मैं बहुत टाइम के बाद पार्क के बच्चे आई हाँ। आई थिंक मे बी 3-4 महीने बाद शायद, क्योंकि जो दी स्नो मिलन लगी हुई उस बाद पार्क के कदे नहीं आई, मतलब बहुत ठंड होती है। पिछे जवाक खेडते ने, गेम्स वगैरह खेडते ने आप, इन्हों तो मौसम वधिया मिल रहा है। कालिया के जवाक भी ने, गोरिया के भी ने, वाह खेड लगे हुए ने। एक बहुत ज़्यादा वधिया लगता है जो धुप्प देखने मिल रही है ना, वो करके तो मैं अपनी वीडियो इतनी बंद करती हूँ। जो वीडियो वधिया लगी लाइक शेयर जरूर कर दें, तो मेरे चैनल को सब्सक्राइब भी जरूर कर दें। थैंक यू सो मच फॉर वॉचिंग माई वीडियो।